ਜੀ ਅਸਲਾਮ ਅਲੈਕੁਮ ਕੀ ਹਾਲ ਹੈ ਦੋਸਤੋ ਠੀਕ ਜੀ ਨੇ ਆਪਣੇ ਸ਼ਫੀ ਸਾਲਕ ਸਾਹਿਬ ਤੇ ਆਪਾਂ ਨੂੰ ਅੱਜ ਕਲਬੀ ਸ਼ੋਰੇ ਦੀ ਦਾਬ ਬਾਰੇ ਕੁਝ ਜਿਆਦਾ ਦੱਸਣਗੇ ਜੀ ਹਕੀਮ ਸਾਹਿਬ ਸਲਾਮ ਅਲੈਕੁਮ ਸਲਾਮ ਕਲਮੀ ਸ਼ੋਰਾ ਕਾਇਮ ਕਰਨ ਦਾ ਤਰੀਕਾ ਜੀ ਉਹਦੇ ਵਿੱਚ ਤੁਸੀਂ ਵਰਕੀਆ ਬਣਾ ਸਕਦੇ ਜੇ ਠੀਕ ਸ਼ਿੰਗਰ ਬਣਾ ਸਕਦੇ ਜੇ ਠੀਕ ਸਵਾ ਲੀਲਾ ਲੀਲਾ ਬਣ ਜਾਏਗਾ ਉਹਦੇ ਵਿੱਚ ਪਰ ਇੱਕੋ ਦਫਾ ਬਣੇਗਾ ਉਸ ਤੋਂ ਬਾਅਦ ਤਹਾਡਾ ਦਾਅ ਖਰਾਬ ਹੋ ਜਾਏ ਠੀਕ ਇਹਦੇ ਬਣਾਉਣ ਦਾ ਤਰੀਕਾ ਇਹ ਆ ਜੀ ਆਮ ਮਸਲੀ ਬਾਥੂ ਅੱਜ ਕੱਲ ਬੇਬਾ ਹੁਣ ਬਾਥੂ ਪੱਕਾ ਹੈ ਜੀ ਬੋਸਰ ਬਾਥੂ ਦਾ ਪੱਕਾ ਆ ਠੀਕ ਨਹੀਂ ਕੜਕਾ ਵਾਲਾ ਬਾਥੂ ਨਹੀਂ ਲੈਣਾ ਜੀ ਜੀ ਆ ਜਿਹੜਾ ਮਸਲ ਛੜਕਾਂ ਦੇ ਉੱਤੇ ਵੱਡਾ ਵੱਡਾ ਬਾਥੂ ਹੁੰਦਾ ਅੱਛਾ ਅੱਛਾ ਠੀਕ ਇਸ ਬਾਥੂ ਦੀ 2 ਕਿਲੋ ਸਵਾ ਹੋਵੇ ਕਿਲੋ ਹੋਵੇ ਜਾਂ 2 ਕਿਲੋ ਹੋਵੇ ਜਿੰਨੀ ਤੁਹਾਡੇ ਚ ਪਹੁੰਚ ਹੋਣੀ ਲੈ ਲਓ ਠੀਕ ਉਹ ਨਹੀਂ ਲੈ ਕੇ ਉਹਨੂੰ ਕਿਸੇ ਹਾਂਡੀ 'ਚ ਬੰਦ ਕਰਕੇ ਜੀ ਉਹਨੂੰ ਬੰਦ ਕਰਕੇ ਇੰਨੀ ਅੱਗ ਦੇਓ ਜੀ ਵੀ ਉਹ ਸਵਾਦ ਚਰ ਖਾ ਕੇ ਤੇ ਇੱਕ ਠੇਲਾ ਬਣ ਜਾ ਠੀਕ ਇਹ ਤੁਹਾਡਾ ਬਾਥੂ ਦਾ ਨਮਕ ਤਿਆਰ ਹੋ ਗਿਆ ਠੀਕ ਇਸ ਬਾਥੂ ਦੇ ਨਾਲ ਤੁਸੀਂ ਮਸਮੇ ਸ਼ੋਰਾ ਖਲ ਕਰ ਦਿਓ ਠੀਕ ਸ਼ੋਰਾ ਤੇਜ਼ ਅੱਗ ਦੇ ਉੱਤੇ ਰੱਖ ਦਿਓ ਖਲ ਕਰਕੇ ਠੀਕ ਇਹ ਤੁਹਾਡਾ ਸ਼ੋਰਾ ਕਾਇਮ ਹੋ ਜੇਗਾ ਇਹਦੇ ਨਾਲ ਠੀਕ ਉਸ ਤੋਂ ਬਾਅਦ ਇਹਨੂੰ 4 ਅੱਗਾਂ ਦੇ ਦਿਓ ਬੰਦ ਕਰਕੇ 4-4 ਕਿਲੋ ਦੀ ਠੀਕ ਹਰ ਰਗ ਤੇ ਖੋਲ ਕੇ ਦੀ ਰਗੜਾਈ ਕਰਕੇ ਜੀ ਫਿਰ ਇਹਨੂੰ ਬੰਦ ਕਰਨਾ ਚਾਰ ਅੰਗਾਂ ਦੇਗੀਆਂ ਠੀਕ ਇਹ ਤੁਹਾਡਾ ਸ਼ਿੰਗਰਫ ਕੈਮਨਾਰ ਹੋ ਜਾਣਾ ਠੀਕ ਇਹਦੇ ਵਿੱਚ ਸ਼ਿੰਗਰਫ ਰੱਖ ਕੇ ਜੀ ਤਿੰਨ ਤੋਲੇ ਰੱਖ ਲਓ ਪੰਜ ਤੋਲੇ ਦੀ ਰੱਖ ਲਓ ਤਿੰਨ ਤਿੰਨ ਤੋਲੇ ਦੀਆਂ ਦੋ ਤਿੰਨ ਡਲੀਆਂ ਰੱਖ ਲਓ ਜੀ ਰੱਖ ਕੇ ਇਹਨੂੰ 8 ਘੰਟੇ ਅੱਗ ਤੇ ਪਕਾ ਦਿਓ ਠੀਕ ਇਹ ਤੁਹਾਡਾ ਸ਼ਿੰਗਰਫ ਕੈਮਨਾਰ ਹੋਏਗਾ ਠੀਕ ਟਾਕੀ ਪਾਸ ਹੋਏਗਾ ਜੀ ਬਿਲਕੁਲ ਮਸਬੀ ਕਾਇਮ ਉਹ ਨਾਰ ਜਿਸ ਨੂੰ ਆਂਦੇ ਨੇ ਉਹ ਹੋਏਗਾ ਠੀਕ ਅਗਾ ਮਸਬੀ ਇਹਨੂੰ ਜਿਹੜਾ ਕੋ ਬੰਦਾ ਦੋਸਤ ਸਮਝਦਾ ਹੈ ਠੀਕ ਇਹਦਾ ਪਾਰਾ ਕੱਢਣਾ ਬਣਾ ਜਾਣਦਾ ਹੈ ਇਹਦਾ ਅਖੀਰ ਬਣਾ ਲਈ ਜਾਣਦਾ ਹੈ ਜੀ ਆਪਣੇ ਜ਼ਿਹਨ ਨਾਲ ਜੋ ਜਾਣਦਾ ਕਰ ਸਕਦਾ ਹੈ ਉਹ ਆਪਣੇ ਜ਼ਿਹਨ ਦੇ ਨਾਲ ਮਸਬੀ ਤੁਸੀਂ ਇਹਨੂੰ ਠੀਕ ਇਸਤੇਮਾਲ ਕਰ ਸਕਦੇ ਜੀ ਠੀਕ ਇਹਦਾ ਦਾਬ ਠੀਕ ਪੱਕਾ ਬਣ ਗਿਆ ਠੀਕ ਬੂਟੀ ਦੇ ਪਾਣੀ ਨਾਲ ਕੋਈ ਵੀ ਬੂਟੀ ਦੇ ਨਮਕ ਨਾਲ ਦਾਬ ਤਿਆਰ ਕਰਦੇ ਜੀ ਜੀ ਉਹਦੇ ਵਿੱਚ ਪਾਣੀ ਨਹੀਂ ਪਾਣਾ ਚਾਹੀਦਾ ਠੀਕ ਪਾਣੀ ਪਾ ਕੇ ਦਾਬ ਦੋਸ ਖਰਾਬ ਕਰ ਦਿੰਦੇ ਨੇ ਠੀਕ ਨਮਕ ਕੱਢ ਕੇ ਨਾ ਇਹਦਾ ਪਾਣੀ ਪਾ ਕੇ ਜੀ ਤੇ ਖਰਾਬ ਕਰ ਦਿੰਦੇ ਨੇ ਠੀਕ ਉਹ ਦਾਬ ਫਿਰ ਉਹਨਾਂ ਕੀਮਤੀ ਨਹੀਂ ਹੁੰਦਾ ਜਿੰਨਾ ਉਹ ਖਸ਼ੀਰੀ ਨਹੀਂ ਹੁੰਦਾ ਠੀਕ ਉਹ ਖਰਾਕੀ ਚੀਜ਼ਾਂ ਕੰਮ ਦੇ ਦਿੰਦੀਆਂ ਨੇ ਠੀਕ ਪਰ ਅਖੀਰੀ ਨਹੀਂ ਹੁੰਦਾ ਠੀਕ ਨਹੀਂ ਇਤਨਾ ਜਾਣਨਾ ਠੀਕ ਵਾਲਕੁਮ ਸਲਾਮ